ਹੈਲੋ ਗਾਇਸ, ਤੁਹਾਡਾ ਸਵਾਗਤ ਹੈ ਮੇਰੀ ਅਗਲੀ ਵੀਡੀਓ ਦੇ ਵਿੱਚ। ਅੱਜ ਆਪਾਂ ਫਿਰ ਕੈਨੇਡਾ ਦੇ ਵਿੱਚ ਧੱਕੇ ਖਾਣ ਜਾ ਰਹੇ ਹਾਂ ਜੋਬਸ ਲੱਭਣ ਲਈ। ਵੈਸੇ ਅੱਜ ਤਾਂ ਮੇਰੀ ਓਰੀਐਂਟੇਸ਼ਨ ਹੈ ਜੋਬ ਦੇ ਵਿੱਚ, ਉਹਨਾਂ ਨੇ ਮੈਨੂੰ ਬੁਲਾਇਆ ਸੀਗਾ ਕਿਉਂਕਿ ਉਹਨਾਂ ਦੀ ਇੰਟਰਵਿਊ ਪੈਂਡਮਿਕ ਕਰਕੇ ਉਹਨਾਂ ਨੇ ਬੰਦ ਕੀਤੀ ਹੋਈ ਸੀ, ਤਾਂ ਉਹਨਾਂ ਨੇ ਇੱਕ ਜੋਬ ਪੋਜੀਸ਼ਨ ਮੈਨੂੰ ਦਿਖਾਈ ਹੈ। ਸੋ ਅੱਜ ਉਹ ਕੰਮ ਵਗੈਰਾ ਸਿਖਾਉਣਗੇ ਅਤੇ ਮੇਰੇ ਪੇਪਰ ਵਰਕਸ ਕਰਨਗੇ। ਜੇ ਮੈਨੂੰ ਜੋਬ ਜਾ ਵਧੀਆ ਲੱਗੀ ਤਾਂ ਮੈਂ ਜੁਆਇਨ ਕਰੂੰਗਾ, ਬਿਕੋਜ਼ ਉਹਨਾਂ ਦੀ ਪੇ ਤਾਂ ਬੇਸਿਕ ਹੀ ਹੈ, ਬਟ ਹੈਗਾ ਘਰੋਂ ਨੇੜੇ ਸੀ ਤਾਂ ਕਰਕੇ ਮੈਂ ਅਪਲਾਈ ਕਰਤਾ ਸੀ। ਸੋ ਅੱਜ ਜਾ ਕੇ ਦੇਖਾਂਗੇ ਉਹਨਾਂ ਦਾ ਕੀ ਵਗੈਰਾ ਹਿਸਾਬ ਹੈ, ਅਤੇ ਤੁਹਾਨੂੰ ਰਸਤੇ ਜਾ ਕੇ ਫਿਰ ਘੁਮਾਵਾਂਗੇ। ਸੋ ਬਣੇ ਰਹੀਓ ਮੇਰੀ ਵੀਡੀਓ ਦੇ ਨਾਲ, ਅਤੇ ਐਂਡ ਤੱਕ ਪੂਰੀ ਵੀਡੀਓ ਨੂੰ ਦੇਖਿਓ, ਅਤੇ ਪਲੀਜ਼ ਉਹਨੂੰ ਲਾਈਕ ਕਰਿਓ, ਕਮੈਂਟ ਕਰਿਓ ਅਤੇ ਸ਼ੇਅਰ ਕਰਿਓ। ਅੱਜ ਆਪਾਂ ਸਾਰਾ ਰਾਹ ਤੁਰ ਕੇ ਕਵਰ ਕਰਾਂਗੇ, ਇਹ 2 ਕਿਲੋਮੀਟਰ ਹੈਗਾ। ਅੱਜ ਮੈਂ ਸੋਚਿਆ ਆਪਾਂ ਲੰਬੀ ਵਾਕ 'ਤੇ ਚੱਲਦੇ ਹਾਂ ਅਤੇ ਦੇਖਦੇ ਆਪਣਾ ਹਾਲ ਕੀ ਬਣਦਾ। ਸੋ ਚਲੋ ਆਲਮੋਸਟ 1 ਕਿਲੋਮੀਟਰ ਆ ਗਏ ਹਾਂ, ਐਂਡ 1 ਕਿਲੋਮੀਟਰ ਹੋਰ ਰਹਿ ਗਿਆ, ਫਿਰ ਜਾ ਕੇ ਆਪਣਾ ਬਣੂਗਾ ਬੱਕਰਾ, ਪਤਾ ਨਹੀਂ ਕੀ ਬਣੂਗਾ। ਸੋ ਵੀਡੀਓ ਨੂੰ ਦੇਖੀ ਚਲੋ, ਫਿਰ ਤੁਹਾਨੂੰ ਪਤਾ ਲੱਗ ਜੂਗਾ ਕੀ ਬਣਿਆ। ਸੋਚ ਰਿਹਾ ਵੀ ਕੈਨੇਡਾ ਦੇ ਉੱਲੂ ਨਹੀਂ ਹੁੰਦੇ, ਹੁੰਦੇ ਆ ਬਈ, ਇੱਕ ਉੱਲੂ ਨੇ ਹੁਣੇ ਹੁਣੇ ਮੇਰੇ ਉੱਤੇ ਪਾਣੀ ਸੁੱਟ ਦਿੱਤਾ। ਚਲੋ ਇੰਨਾ ਤਾਂ ਹੁੰਦਾ ਰਹਿੰਦਾ। ਫਿਰ ਅੱਧਾ ਘੰਟਾ ਪਹਿਲਾਂ ਹੀ ਜਾ ਕੇ ਪਹੁੰਚ ਗਏ ਹਾਂ, ਅਤੇ ਹੁਣ ਇੱਥੇ ਮੈਂ ਮਾਰੂੰਗਾ ਥੋੜ੍ਹੀ ਬਹੁਤ ਗੇੜੀਆਂ, ਅਤੇ ਫਿਰ ਵੇਖਦੇ ਹਾਂ ਆਪਾਂ ਕੀ ਕਰਨਾ। ਉਹਨਾਂ ਨੂੰ ਕੋਲ ਕਰਦਾ ਜੋ ਪਹੁੰਚ ਗਏ ਹੋਏ ਤਾਂ, ਹੁਣ ਨਹੀਂ ਮੈਂ ਉੱਥੇ ਜਾ ਵੜਨਾ, ਨਹੀਂ ਤਾਂ ਵੇਖਦੇ ਹਾਂ ਕੀ ਬਣਦਾ ਆਪਣਾ। ਮੌਸਮ ਬਹੁਤ ਜ਼ਿਆਦਾ ਸੋਹਣਾ, ਮੈਂ ਛੇਰੀ ਤਾਂ ਆ ਗਿਆ ਵੀ ਇੱਥੇ ਮੀਂਹ ਪੈਣ ਦੀ ਸੰਭਾਵਨਾ ਲੱਗ ਰਹੀ ਸੀ, ਬਟ ਚਲੋ ਦੇਖਦੇ ਹਾਂ ਕੀ ਕਰਨਾ। ਤਾਂ ਆਪਾਂ ਦੇ ਆਏ ਇੰਟਰਵਿਊ, ਅਤੇ ਆਪਣਾ ਹੋ ਗਿਆ ਇੰਟਰਵਿਊ ਕਲੀਅਰ, ਐਂਡ ਉਹਨਾਂ ਨੇ ਮੈਂ ਜੋਬ 'ਤੇ ਰੱਖ ਲਿਆ, ਜੋਬ ਕੀ ਇਨਵੈਂਟਰੀ ਐਸੋਸੀਏਟ ਦੀ ਪੇ ਹੋ ਗਈ ਹੈ 15 ਡਾਲਰ 20 ਸੈਂਟ ਪਰ ਘੰਟੇ ਦੇ। ਐਂਡ ਉਹਨਾਂ ਨੂੰ ਹੁਣ ਬਸ ਮੇਰਾ ਸਿਨ ਨੰਬਰ ਪ੍ਰੋਵਾਈਡ ਕਰਨਾ ਰਹਿ ਗਿਆ, ਅਤੇ ਸਿਨ ਨੰਬਰ ਤੋਂ ਬਾਅਦ ਮੈਨੂੰ ਸ਼ਿਫਟਸ ਦੇਣੇ ਸ਼ੁਰੂ ਕਰ ਦੇਣਗੇ। ਐਂਡ ਕੰਗਰੈਚੁਲੇਸ਼ਨਸ ਟੂ ਮਾਈ ਵਿਊਅਰਸ ਐਂਡ ਕੰਗਰੈਚੁਲੇਸ਼ਨਸ ਟੂ ਮੀ, ਫਾਈਨਲੀ ਜੋਬ ਮਿਲ ਗਈ। ਇਹਨਾਂ ਜਿੰਨਾ ਟੈਨਸ਼ਨ ਹੋਈ ਪਈ ਸੀ ਜੋਬ ਦੀ, ਚਲੋ ਮੈਂ ਆਪਾਂ ਤੁਹਾਨੂੰ ਜੋਬ 'ਤੇ ਜਾਣ ਦੀ ਵੀਡੀਓ ਭੇਜਿਆ ਕਰਾਂਗੇ। ਚਲੋ ਘਰ ਆ ਕੇ ਵੀਡੀਓ ਬਣਾਉਂਦਾ, ਹੁਣ ਠੰਡ ਬੜੀ ਲੱਗ ਰਹੀ ਹੈ। Guys, we are back from the interview and we cracked it. I got the job and it is a inventory associate job. But wait a minute, main English ka bol raha hu, sorry. Job ka liye inventory associate de, jo main bade bade koi stores hunde na, Walmart, 7-Eleven, inna di inventory record rakhna hunda inna di machines de vich, and inna ne aaj training ditti hai machines kivein work kardiyan, and mainu inna ne aap de kapde de de jehde paune hunde aa ਕੱਪੜਿਆਂ ਦੀ ਗੱਲ ਸੁਣ ਲਓ, ਇਹਨੇ ਸਿਰਫ ਮੈਨੂੰ ਟੀ ਸ਼ਰਟ ਦਿੱਤੀ ਅਭੀ ਅੱਧੀ ਬਾਹਾਂ ਦੀ, ਅਤੇ ਕਹਿੰਦੇ ਉੱਤੇ ਜੈਕਟ ਤੁਸੀਂ ਨਹੀਂ ਪਾ ਸਕਦੇ ਕੰਮ ਦੇ ਵੇਲੇ, ਪਤਾ ਨਹੀਂ ਕਿਉਂ ਠੰਡ ਇੰਨੀ ਹੈ ਇੱਥੇ। ਚਲੋ ਵੇਖੀ ਜਾਊਗੀ। ਹੁਣ ਹੋ ਗਈ ਰਾਤ ਅਤੇ ਹੁਣ ਆਪਾਂ ਚੱਲੇ ਹਾਂ ਸੇਫ ਵੇ, ਕਿਉਂਕਿ ਅਸੀਂ ਥੋੜ੍ਹਾ ਸਮਾਨ ਜਿਹਾ ਲਿਆਉਣਾ ਸੀਗਾ, ਅਤੇ ਤੁਹਾਨੂੰ ਦਿਖਾਉਂਦੇ ਹਾਂ ਰਾਤ ਦਾ ਥੋੜ੍ਹਾ ਜਿਹਾ। ਬਟ ਰਾਤ ਦਾ ਵਿੱਚ ਮੇਰਾ ਥੋੜ੍ਹਾ ਜਿਹਾ ਕੈਮਰੇ ਦੀ ਪ੍ਰੋਬਲਮ ਹੈ, ਬਟ ਜਿੰਨਾ ਹੋ ਸਕਿਆ ਮੈਂ ਵੀਡੀਓ 'ਚ ਕਵਰ ਕਰੂੰਗਾ, ਅਤੇ ਤੁਹਾਨੂੰ ਥੋੜ੍ਹੇ ਬਹੁਤ ਪ੍ਰਾਈਸਿਸ ਦਿਖਾਉਣ ਦੀ ਵੀ ਕੋਸ਼ਿਸ਼ ਕਰੂੰਗਾ। ਸੋ ਚਲੋ ਚੱਲੀਏ। ਬਾਹਰ ਜਾਣ ਤੋਂ ਪਹਿਲਾਂ ਮੈਂ ਦੱਸਦਾ ਕਿ ਮੈਂ ਜੈਕਟ ਦੇ ਥੱਲੇ ਬਹੁਤ ਕੁਛ ਪਾਇਆ, ਅਤੇ ਆਹ ਮੇਰਾ ਹਾਲ ਦੇਖੋ, ਪਜਾਮਾ ਵੀ ਮੈਂ ਪਜਾਮੇ ਦੇ ਥੱਲੇ ਇੱਕ ਪਜਾਮਾ ਪਾਇਆ, ਕਿਉਂਕਿ ਇੱਥੇ ਬਹੁਤ ਠੰਡ ਲੱਗਦੀ ਆ ਬਾਹਰ, ਅਤੇ ਬਈ ਇੱਥੇ ਜਿੰਨੇ ਸ਼ਰਮ ਕਰ ਲਈ ਉਹਦੇ ਨੱਕ 'ਚੋਂ ਗੰਗਾ ਵਹਿ ਗਈ। ਸੋਚ ਕੇ ਆਉਣਾ, ਠੰਡ ਬੜੀ ਹੈ। ਠੰਡ ਯਾਰ ਸਰੀ ਦੇ ਵਿੱਚ ਤਾਂ ਵੈਸੇ ਤਾਂ ਘੱਟ ਹੀ ਪੈਂਦੀ ਆ ਕੰਪੈਰੀਟਿਵਲੀ, ਬਟ ਐਤਕੀ ਸਾਡਾ ਵੈਲਕਮ ਲਈ ਥੋੜ੍ਹੀ ਠੰਡ ਜ਼ਿਆਦਾ ਪੈ ਗਈ, ਅਤੇ ਹੁਣ ਆਪਾਂ ਚੱਲਦੇ ਹਾਂ। ਅੱਜ ਬਾਰਿਸ਼ ਪੈ ਗਈ, ਅਤੇ ਬਾਰਿਸ਼ ਕਰਕੇ ਕਾਫੀ ਬਰਫ਼ ਪਿਘਲ ਗਈ, ਜਿਹਦਾ ਕਿ ਸਾਨੂੰ ਫਾਇਦਾ ਹੀ ਹੋਇਆ ਵੀ ਹੁਣ ਤੁਰਿਆ ਜਾਊਗਾ। ਜੇ ਤੁਹਾਨੂੰ ਮੇਰੇ ਕੈਮਰੇ 'ਤੇ ਕੁਛ ਵੀ ਦਿਖ ਰਿਹਾ ਤਾਂ ਵਧੀਆ ਗੱਲ ਆ, ਬਾਕੀ ਆਪਾਂ ਟਰਾਈ ਕਰਾਂਗੇ। ਮੇਰਾ ਚਾਚਾ ਚੱਲਾ, ਉਹਨੂੰ ਨਹੀਂ ਪਤਾ, ਉਹਨੂੰ ਦੱਸ ਦਈਏ ਉਹਦੇ ਝੋਲੇ ਝੂਲੇ ਨਾ ਘਰੋਂ ਹੀ ਲਿਜਾਣੇ ਪੈਂਦੇ ਆ, ਮਹਿੰਗੇ ਬੜੇ ਝੋਲੇ ਵੀ ਇੱਥੇ। ਤਾਂ ਮੈਂ ਤਾਂ ਜ਼ਿੰਮੇਵਾਰ ਹੈਗਾ ਹੀ ਹਾਂ। ਇਹ ਜੋਕ ਥਾ। ਹੈ ਚਾਚੂ, we are at the safe way.
ਐਂਡ ਏਰੀਆ ਸੇਵ ਦਾ ਸਟੋਰ ਮੈਂ ਕੋਸ਼ਿਸ਼ ਕਰਾਂਗਾ ਜਿਨ੍ਹਾਂ ਨੇ ਸਾਨੂੰ ਗੱਲਾਂ ਨਾ ਕੱਢੀਆਂ ਤੁਹਾਨੂੰ ਪ੍ਰਾਈਸ ਦਿਖਾਉਣ ਦੀ ਲੈਣਾ ਕੀ ਵੈਸੇ ਆਪਾਂ ਆਲੂ ਨੀ ਅਬੇ ਸਾਲੇ ਕੁਛ ਹੋਰ ਹੀ ਉਹਦਾ ਰੇਟ ਵੇਖ ਕੇ ਸਾਡੀਆਂ ਹੋ ਗਈਆਂ ਨੇ ਅੱਖਾਂ ਖੁੱਲੀਆਂ ਅਤੇ ਅਸੀਂ ਹੁਣ ਦੇਖਣ ਜਾ ਰਹੇ ਹਾਂ ਪਿਆਜ਼ ਕਿਉਂਕਿ ਆਲੂ ਦਾ ਸਾਨੂੰ ਪਤਾ ਨਹੀਂ ਕਿਹੜੇ ਲੈਣੇ ਆ ਅਤੇ ਅਸੀਂ ਕਿਸੇ ਆਪਦੇ ਰਿਸ਼ਤੇਦਾਰ ਨੂੰ ਫੋਨ ਕਰਕੇ ਪੁੱਛਣ ਲੱਗੇ ਹਾਂ ਕਿਹੜੇ ਆਲੂ ਲੈਣੇ ਆ ਬਾਕੀ ਹੁਣ ਤਾਂ ਤੁਹਾਡਾ ਟਾਈਮ ਪਾਸ ਕਰਾਉਂਦੇ ਹਾਂ ਚੀਟੋਸ ਗਾਈਸ ਚੀਟੋਸ ਬਣੀ ਬਣਾਈਆਂ ਰੋਟੀਆਂ ਵਿਹਲੇ ਬੰਦਿਆਂ ਲਈ ਇੱਥੇ ਭਰ ਭਰ ਕੇ ਹੈ ਆ ਇੱਧਰ ਪੀਜ਼ਾ ਵਾਲਾ ਸੈਕਸ਼ਨ ਹੈ ਜਿਹਨੇ ਕੁਛ ਗੰਦ ਪਾਉਣਾ ਪੀਜ਼ਾ ਨਾਲ ਕਰ ਸਕਦਾ ਗਾਈਸ ਵੀਡੀਓ ਬਣਾਉਣ 'ਚ ਥੋੜ੍ਹੀ ਪ੍ਰੋਬਲਮ ਹੈ ਕਿਉਂਕਿ ਇੱਥੇ ਬਰਫ਼ ਪੈ ਰਹੀ ਹੈ ਦੇਖੋ ਹਲਕੀ ਹਲਕੀ ਘਰ ਜਾ ਕੇ ਮੈਂ ਬਾਕੀ ਤੁਹਾਨੂੰ ਦੱਸੂਗਾ ਕੀ ਅਸੀਂ ਖਰੀਦਿਆ ਅਤੇ ਕਿਵੇਂ ਕਿਵੇਂ ਸਾਰਾ ਕੁਛ ਸੀਗਾ ਮਜ਼ਾ ਆ ਰਿਹਾ ਯਾਰ ਮੈਂ ਤੁਹਾਡੀ ਦੋ ਵਾਰੀ ਡਿੱਗਿਆ ਟੋਪੀ ਸਾਰੀ ਗਿੱਲੀ ਹੋ ਗਈ ਹੋਰ ਕੀ ਬਾਈ ਸਮਝ ਕੇ ਬੋਲ ਰਹਾ ਯਾਰ ਬੁਰਾ ਲਗਤਾ ਹੈ ਭਾਈ ਆਪ